असलाकुम नाजरीन आज तहसील जलालपुर पीर आला मोजा थेकलॉग जनूबी के अंदर एक पुराना खेड़ कबड्डी का जहाँ है बजुर्गों का खेड़ इतना इनकात किया गया और बाहर ज टीम भी इतना सा कबड्डी इंतजामिया मौजूद हैं सबसे पूछ दस जी क्या दस इवेंट के हवाले ना इवेंट जबरदस्त है माशा एक्टिविटी होनी चाहिए है तो नौजवानों वास्तव खास तौर पर जोड़ा ना ਅ ਨੈਗੇਟਿਵਿਟੀ ਜਿਹੜੀ ਅੱਜ ਕੱਲ੍ਹ ਹੈ ਨੌਜਵਾਨੇ ਦੇ ਅੰਦਰ ਉਹਦਾ ਅਲਟਰਨੇਟਿਵ ਇਹ ਹੀ ਹੈ ਕਿ ਨੌਜਵਾਨੇ ਕੋ ਜਿਹੜਾ ਨਾ ਇਹ ਖੇਡ ਦੇ ਅੰਦਰ ਜਿਹੜਾ ਨਾ ਇੱਕ ਸਿਰਫ ਸਪੈਸੀਫਿਕ ਕਬੱਡੀ ਨਹੀਂ ਓਵਰਆਲ ਕ੍ਰਿਕਟ ਬਾਕੀ ਜਿਹੜੀ ਹੈਲਦੀ ਐਕਟੀਵਿਟੀਜ਼ ਹਨ ਉਹਨੇ ਕੋ ਹੋਣਾ ਚਾਹੀਦਾ ਹੈ ਤਾਂ ਇਹ ਤਾਂ ਜ਼ਬਰਦਸਤ ਉਹਨਾਂ ਦੇ ਵਾਸਤੇ ਇੱਕ ਐਂਟਰਟੇਨਮੈਂਟ ਹੈ ਹੋਣੀ ਚਾਹੀਦੀ ਹੈ ਅੱਛਾ ਇਹ ਜਿਹੜੀ ਟੀਮ ਵਨ ਕਰ ਗਈ ਹੈ ਇਹ ਕਿੱਥੋਂ ਦੇ ਪਲੇਅਰ ਹਨ ਤੇ ਔਰ ਬਹੁਤ ਅੱਛਾ ਖੇਡ ਦਾ ਮਜ਼ਾਹਰਾ ਕਰ ਗਏ ਕਿਹੜੇ ਇਲਾਕੇ ਨਾਲ تعلق अच्छा इतने नौजवान नौजवान जहाँ हैं खेड को पसंद करे ना और इस इलाके देता उन्हें को क्या पैगाम जी यकीन रुझान बनसी था ए, बड़ेसू बनसी तो बनसी इन इंशाल्लाह तो नौजवान को अट्रैक्ट दे गेम यकीन ठीक है तो होना चाहिए हेल्दी एक्टिविटी है बे दोस्त भी मौजूद हैं और शायक اور نمبر دار ہیں 75 ہیں اساں انہاں نے پچھو کہ ای علاقے ایونٹ انعقاد کیتا گئے تواڈے نزدیکی ہے تا تساں ہی حوالے نال کیا آکھنا چاہسو ماشاءاللہ بہوں اچھا شوق ہے نوجوان واسطے ای شوق کھونا چاہی دا ہے اوروں تو ہٹ تے ای نوجوان اپنا زور رکھے سن اور ای شغل ای ماحول بزرگاں دا ای جے رن جاری راوے اور ای شغل چل دے راویں بہوں اچھا شغل تھے بہوں ڈاڑیاں سونی ٹیماں کھیڈن ڈوہی ਤੇ ਔਰ ਉਹ ਤੁਹਾਡੇ ਜਿਹੜਾ ਨਾ ਇਹ ਹੋਣਾ ਚਾਹੀਦਾ ਹੈ ਸ਼ੁਗਲ ਤਾਂ ਕਬੱਡੀ ਔਰ ਜ਼ੋਰ ਕੁਸ਼ਤੀ ক্রিকেট ਇਹ ਚੀਜ਼ਾਂ ਸ਼ੌਂਕ ਹੋਣੇ ਚਾਹੀਦੇ ਅੱਛਾ ਸਾਕੂ ਇਹ ਦੱਸੋ ਕਿ ਇੱਥਾ ਇਹੀ ਇਲਾਕੇ ਚ ਤੁਹਾਡੇ ਵਾਲੇ ਸਾਬ੍ਹ ਔਰ ਇਥਾ ਕੁਸ਼ਤੀ ਮੁਕਾਬਲੇ ਕਰਵਿੰਦੇ ਹਨ ਇੰ ਇਲਾਕੇ ਚ ਉਹ ਦੇਸੀ ਦੇਸੀ ਖੇਡਿਆ ਅੱਛਾ ਹੂੰ ਤੋ ਕੁਸ਼ਤੀ ਮੁਕਾਬਲੇ ਤੇ ਕਬੱਡੀ ਐ ਤੁਹਾਨੂੰ ਕਿਵੇਂ ਲੱਗਦਾ ਕਿ ਇਹ ਇਵੈਂਟ ਦੇ ਹਵਲੇ ਨਾਲ ਬਈ ਕਿਹ ਹੋਣਾ ਚਾਹੀਦਾ ਉਹਦਾ ਕੁਸ਼ਤੀ ਦਾ ਆਪਣਾ ਫਨ ਨੇ ਆਪਣਾ ਜ਼ੋਰ ਹੈ ਕਬੱਡੀ ਦਾ ਆਪਣਾ ਸ਼ੌਕ ਆਪਣਾ ਜ਼ੋਰ ਹੈ ਔਰ ਹੂੰ ਤੁਹਾਡੇ ਵਡੇਰੇ ਜਿਹੜਨਾਂ ਕੁਸ਼ਤੀਆਂ ਜਾਂ ਗਿੱਸਣਾਂ ਇਹ ਸ਼ੌਕ ਰਹੇਗੇ ਔਰ ਸਾਡੇ ਇੰ ਜਿਹੜਨਾਂ शौक इन्हा के था तहसील जलालपुरे च डढा जोर दे शौक इन और जोर रखे रखेन और शौक भी हैं और ये शौक रहे भी सही सही जे हाय सारे नाल बे दोस्त मौजूद हैं असो उन को चक 73 अहमद नवरजार वी सारे नाल मौजूद हैं और इतांस हस, हसी मज़ाक चलंद पिया असां उन कॾहिं पुछंदासीं तूं आकू के लॻंदो इहो इलाक़ाई सरैकी से खे ते वसेब जी बज़ुर्गे जी जहिड़ी खेॾी ख़बरदास साईं खेॾ बहू शौक़ अच्छा शौक़ी नशे तूं छोर बच वेंद ई शौक़ु लावण नाल कुझु अछे बहितर सिस्टम बण वेंदे छोरा वरगश थी गी ਰੌਣਕ ਮੇਲਾ ਬਣ ਗਿਆ ਖੁਸ਼ ਮਾਹੌਲ ਥੀ ਗਿਆ ਸਿਆਸਤ ਯਕੀ ਬੇਈਮਾਨੀ ਥੀ ਗਿਆ ਹੁਣ ਅਸਾਂ ਆਦੇ ਹੀ ਕਹਿੰ ਕਬੱਡੀ ਤੇ ਇਹ ਸ਼ੌਕ ਲਾਉ ਚਲੋ ਇਢੇ ਹਟ ਕੇ ਚਲੋ ਹੀ ਸ਼ੌਕਲ ਪਾਸ ਲੱਗ ਵਣ ਜੀ ਅਜਾ ਇਹਨਾਂ ਦਾ ਆ ਖਾਣਾ ਆ ਕਿ ਇਹ ਐਂਟਰਟੇਨਮੈਂਟ ਇੰਜੋਏਮੈਂਟ ਇਹ ਹੋਵੇ ਤਾਂ ਕਿ ਬਜ਼ੁਰਗ ਜਿਹੜੇ ਹਨ ਉਹ ਇਥਾ ਆ ਤੇ ਲੁਤਫ ਅੰਦੋਸ ਸੀ ਨੇ ਔਰ ਯੰਗਸਟਰ ਜਿਹੜੇ ਨੌਜਵਾਨ ਤਬਕਾ ਹੈ ਭਈ ਉਹਨਾਂ ਨੂੰ ਵੀ ਇਹ ਮੌਕਾ ਮਿਲੇ ਕਿ ਸਾਡੇ ਬਜ਼ੁਰਗ ਬਜ਼ੁਰਗਾਂ ਦੀ ਜਿਹੜੀ ਹੈ ਕਿ ਰਿਵਾਇਤ ਹੈ ਦੇਸੀ ਖੇਡ ਹੈ ਇਹ ਇਲਾਕੇ ਪਾਕਿਸਤਾਨ ਦਾ ਤਾਂ ਇਕੂ ਵੀ ਜਿਹੜਾ ਹੈ ਜਾਰੀ ਰੱਖਿਆ ਬਈ ਮਾਨੁਰ ਰਹੀਮ ਅੱਜ ਇਹ ਜਿਹੜਾ ਮੈਚ ਮੈਂ ਵਿਨ ਕੀਤਾ ਹੈ ਇਹ ਜਲਾਲਪੁਰ ਦੇ ਨਾਲ ਅਲੀਪੁਰ ਰੋਡ ਦੇ ਵਿੱਚ ਬਹੁਤ بڑا ਕਬੱਡੀ ਦਾ ਮੈਚ ਖੇਡਿਆ ਗਿਆ ਹੈ ਇਹ ਮੈਚ ਫੌਜੀ ਗੁੱਜਰ ਕਬੱਡੀ ਕਲੱਬ ਚੱਕ ਗੁਜਰਾ ਗੇਲੇਵਾਲ ਬਾਂ ਮੁਕਾਬਲਾ ਲਾਂਗ ਕਬੱਡੀ ਕਲੱਬ ਦੇ ਦਰਮਿਆਨ ਬੜਾ ਕਾਂਡੇਦਾਰ ਮੈਚ ਖੇਡਿਆ ਗਿਆ ਜਿਹੜਾ 4 ਪੁਆਇੰਟਾਂ ਦੇ ਫੌਜੀ ਗੁੱਜਰ ਕਬੱਡੀ ਕਲੱਬ ਚੱਕ ਗੁਜਰਾ ਨੇ ਜਿੱਤ ਲਿਆ ਔਰ ਮੈਂ ਇਸ ਇਲਾਕੇ ਨੂੰ ਖਾਸ ਤੌਰ ਤੇ ਲਾਂਗ ਬਰਾਦਰ ਦੇ ਦਾ ਸ਼ੁਕਰੀਆ ਅਦਾ ਕਰਦਾ ਜਿਨ੍ਹਾਂ ਨੇ ਐਡਾ ਵੱਡਾ ਮੈਚ ਕਰਵਾਇਆ ਇਨਸ਼ਾਅੱਲਾ ਇਸ ਇਲਾਕੇ ਦੇ ਵਿੱਚ ਫਿਰ ਵੀ ਫੌਜੀ ਗੁੱਜਰ ਹਾਜ਼ਰ ਹੈ ਔਰ ਆਖਰ ਵਿੱਚ ਪਾਕਿਸਤਾਨ ਜ਼ਿੰਦਾ